ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 5ਵਾਂ ਯੂਕਲਿਡ ਜਿਮੈਟਰੀ ਦੀ ਜਾਣ ਪਛਾਣ ਅਭਿਆਸ ਨੰਬਰ 5.1 23 ਅਭਿਆਸ ਦੇ ਆਖਰੀ 4 ਸਵਾਲ 4 ਤੋਂ ਲੈ ਕੇ 7 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾਗਰਾ ਦਵਾ ਕਿ ਇਸੀ ਚੈਨਲ ਦੇ ਉੱਤੇ ਕੜੀਆਂ 9ਵੀਂ ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟ ਵੀ ਆਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 9th math notes ਇੱਕ ਹੈਗੀ 9th science ਫਿਰ ਇੱਕ ਹੈਗੀ 9th english grammar ਇੱਕ ਹੈਗੀ 9th english mcq ਇੱਕ ਹੈਗੀ 9th english literature ਜਾਂ 9th supplementary ਫਿਰ ਹੈਗੀ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ math shortcuts and tricks ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਵੀ ਜਰੂਰ ਖੋਲ ਕੇ ਦੇਖੋ। ਆਓ ਦੇਖੀਏ ਬੱਚਿਓ ਨੌਥਾ ਸਵਾਲ। ਕਹਿੰਦੇ ਜੇ ਦੋ ਬਿੰਦੂਆਂ A ਅਤੇ B ਦੇ ਵਿਚਕਾਰ ਇੱਕ ਬਿੰਦੂ C ਇਹ ਜਿਹਾ ਸਥਿਤ ਹੈ ਕਿ AC BC ਹੈ ਤਾਂ ਸਿੱਧ ਕਰੋ ਕਿ AC 1/2 AB ਹੈ। ਇੱਕ ਚਿੱਤਰ ਖਿੱਚ ਕੇ ਇਸ ਨੂੰ ਸਪਸ਼ਟ ਕਰੋ। ਸੋ ਬੜਾ ਸੌਖਾ ਸਵਾਲ ਹੈ ਬੱਚਿਓ। ਅਸੀਂ ਇੱਥੇ ਪਹਿਲੇ ਚਿੱਤਰ ਖਿੱਚ ਲਿਆ ਹੈ ਇੱਕ ਬਿੰਦੂ A ਅਤੇ B A b ਤੇ ਦੇ ਵਿਚਕਾਰ ਬਿੰਦੂ c ਤੇ ਕਹਿੰਦੇ ac ਬਰਾਬਰ bc ਹੈ ਸੋ ac ਬਰਾਬਰ bc ਠੀਕ ਹੈ ਸੋ ਦਿੱਤਾ ਹੈ ac ਬਰਾਬਰ bc ਅਸੀਂ ਇਸ ਸਮੀਕਰਨ ਨੂੰ ਇੱਕ ਦਮਾ ਦੇ ਦਿੱਤਾ ਠੀਕ ਹੈ ਹੁਣ ਅਸੀਂ ਇਹ ਲਿੱਦਾ ਇਦਾਂ ਕਰਾਂਗੇ ਸਵਾਲ ਯੂਕਲਿਡ ਦੇ ਕਥਨ ਮੁਤਾਬਕ ਜੇ ਬਰਾਬਰਾਂ ਨੂੰ ਬਰਾਬਰਾਂ ਵਿੱਚ ਜੋੜੀਏ ਤਾਂ ਜੋੜ ਫਲ ਫਿਰ ਬਰਾਬਰ ਹੁੰਦੇ ਹਨ ਹੁਣ ਇਹ ਦੋਨੋਂ ਬਰਾਬਰ ਨੇ ਤੇ ਇਹਨਾਂ ਵਿੱਚ ਅਸੀਂ ਇੱਕ ਬਰਾਬਰ ਦੀ ਚੀਜ਼ ਜੋੜਾਂਗੇ ਸੋ ਇੱਕ ਵਿੱਚ ਐ ਇੱਕ ਐਵਲੇ ਸਮੀਕਰਨ ਵਿੱਚ ਦੋਨੋਂ ਪਾਸੇ ਏਸੀ ਜੋੜ ਕੇ ਏਸੀ ਇੱਕੋ ਚੀਜ਼ ਜੋੜ ਰਹੇ ਹਾਂ ਸੋ ਬਰਾਬਰ ਬਰਾਬਰ ਖੱਬੇ ਪਾਸੇ ਵੀ ਇਹੀ ਜੋੜਾਂਗੇ ਸੱਜੇ ਪਾਸੇ ਵੀ ਇਹੀ ਜੋੜਾਂਗੇ ਹਨਾ ਤੇ ਇਹ ਪਹਿਲਾਂ ਹੀ ਬਰਾਬਰ ਨੇ ਸੋ ਬਰਾਬਰਾਂ ਦੇ ਵਿੱਚ ਅਸੀਂ ਇੱਕ ਚੀਜ਼ ਜੋ ਕਿ ਬਰਾਬਰ ਹੈ ਮਤਲਬ ਏਸੀ 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 ਵੀ ਏਸੀ ਦੇ ਬਰਾਬਰ ਹੈ ਉਹ ਜੋੜਾਂਗੇ ਸੋ ਏਸੀ ਏਸੀ BC ਏਸੀ ਸੋ ਇਹ ਪਹਿਲੀ ਬਰਾਬਰ ਸੀ ਬੱਚਿਓ AC BC ਸੀ ਸੋ ਇਹਦੇ ਵਿੱਚ ਅਸੀਂ ਦੋ ਬਰਾਬਰ ਜੋੜੇ ਮਣੀ ਇੱਕ ਇਹਵਲਾ AC ਤੇ ਇੱਕ ਇਹ ਵੀ ਇਹਦੇ ਬਰਾਬਰ AC ਹੈ ਜੋੜਤਾ ਠੀਕ ਹੈ ਹੁਣ AC ਜਮਾ AC ਕਿੰਨਾ ਹੋ ਜਾਏਗਾ 2AC ਤੇ BC ਜਮਾ AC ਕਿੰਨਾ ਹੋ ਜਾਏਗਾ BC ਤੇ ਇਹਦੇ ਵਿੱਚ ਜੋੜ ਦਾਂਗੇ AC ਤੇ ਆ ਕੀ ਬਣ ਜਾਏਗਾ ਪੂਰਾ AB ਬਣ ਜਾਏਗਾ AB ਸੋ 2AC AB ਹੁਣ ਬੱਚਿਓ ਦੋ ਥੱਲੇ ਆ ਜਾਏਗਾ AB 2 ਆ ਜਾਏਗਾ ਸੋ AC ਬਰਾਬਰ 1/2 AB AB/2 ਨੂੰ ਅਸੀਂ 1/2 AB ਲਿਖ ਸਕਦੇ ਆ ਸੋ ਇਹੀ ਅਸੀਂ ਸਿੱਧ ਕਰਨਾ ਸੀ ਸਿੱਧ ਹੋ ਗਿਆ ਕਿੰਨਾ ਸੌਖਾ ਬੱਚਿਓ ਪਹਿਲੇ ਦਿੱਤਾ ਹੈ ਫਿਰ ਇਹ ਵਾਲਾ ਕਥਨ ਲਿਖਣਾ ਹੈ ਯੂਕਲਿਡ ਦਾ ਕਥਨ ਜੋ ਹੈ ਫਿਰ ਇਹ ਜੋੜ ਦੇਣਾ ਤੇ ਐਸਾਡਾ ਜਵਾਬ ਆ ਗਿਆ ਕਿੰਨਾ ਸੌਖਾ ਸਵਾਲ ਹੈ ਪੂਰੇ ਬਟਾ ਪੂਰੇ ਨੰਬਰ ਹੀ ਆ ਜਾਣਗੇ ਠੀਕ ਹੈ ਨਾ ਅੱਗੇ ਚੱਲੀਏ ਇਹ ਸਵਾਲ ਨੂੰ ਬੱਚਿਓ ਅਸੀਂ ਦੋ ਢੰਗ ਨਾਲ ਕਰਾਂਗੇ ਪ੍ਰਸ਼ਨ 4 ਵਿੱਚ ਜਿਹੜਾ ਅਸੀਂ ਹੁਣੇ ਕੀਤਾ ਪ੍ਰਸ਼ਨ ਚਾਰ ਵਿੱਚ ਸੀ ਰੇਖਾਖੰਡ ਏਬੀ ਦਾ ਇੱਕ ਮੱਧ ਬਿੰਦੂ ਆਖਦਾ ਹੈ। ਉਹਨਾਂ ਨੇ ਇਹ ਗੱਲ ਪਹਿਲੇ ਦੱਸੀ ਨਹੀਂ ਉਹਨਾਂ ਨੇ ਜਦੋਂ ਇਹਦਾ ਏਸੀ ਬਰਾਬਰ ਬੀਸੀ ਹੋਵੇ ਇੱਕ ਬਿੰਦੂ ਰੇਖਾਖੰਡ ਦੇ ਵਿੱਚ ਹੋਵੇ ਜੋ ਦੋਨੋਂ ਸਿਰਿਆਂ ਤੋਂ ਬਰਾਬਰ ਦੀ ਦੂਰੀ ਤੇ ਆਇਆ ਤੇ ਇਸ ਨੂੰ ਮੱਧ ਬਿੰਦੂ ਕਹਿੰਦੇ ਆ। ਹੁਣ ਐਸ ਕਹਿ ਰਹੇ ਨੇ ਕਹਿੰਦੇ ਜੋ ਤੁਸ ਜਿونی ਸਵਾਲ ਕੀਤਾ ਹੈ ਚੌਥਾ ਉਹਦੇ ਵਿੱਚ ਸੀ ਰੇਖਾਖੰਡ ਏਬੀ ਦਾ ਇੱਕ ਮੱਧ ਬਿੰਦੂ ਆਖਵਾਉਂਦਾ ਹੈ। ਤੇ ਕਹਿੰਦੇ ਹੁਣ ਸਿੱਧ ਕਰੋ ਕਿ ਇੱਕ ਰੇਖਾਖੰਡ ਦਾ ਇੱਕ ਤੇ ਸਿਰਫ ਇੱਕ ਮੱਧ ਬਿੰਦੂ ਹੁੰਦਾ ਹੈ। ਹੁਣ ਸਿੱਧ ਕਰਨਾ ਕਿ ਕੋਈ ਮੱਧ ਬਿੰਦੂ ਹੁੰਦਾ ਹੈ। 2 ਜਾਂ 3 ਨਹੀਂ ਹੁੰਦਾ। ਸੋ ਇਹਨੂੰ ਇਹੋ ਜਿਹੇ ਸਵਾਲਾਂ ਨੂੰ ਕਿੱਦਾਂ ਕਰੀਦਾ ਬੱਚਿਓ? ਉਹ ਦੇਖਿਓ। ਪਹਿਲੇ ਅਸੀਂ ਇਹ ਬਣਾ ਲਿਆ ਰੇਖਾਖੰਡ AB ਇੱਕ ਮੱਧ ਬਿੰਦੂ C ਹੈਗਾ। ਉਹ ਕਹਿ ਰਹੇ ਨੇ ਜਿਹੜਾ ਇੱਕ ਹੁੰਦਾ ਔਰ ਉਹ ਕਹਿੰਦੇ ਸਿੱਧ ਕਰੋ ਕਿ ਇੱਕ ਹੀ ਹੁੰਦਾ ਤੇ ਅਸੀਂ ਦੂਜੇ ਨੂੰ ਮੰਨ ਲਿਆ ਕਿ D ਵੀ ਕੋ ਹੁੰਦਾ। ਜੋ ਕਿ ਅਸੀਂ ਗਲਤ ਸਾਬਿਤ ਕਰਾਂਗੇ। ਹੁਣ ਇਦਾਂ ਲਿਖਣਾ ਹੈ ਸਵਾਲ ਇਹਦਾ ਕਰਨਾ ਹੈ ਮੰਨ ਲਓ ਕਿ ਰੇਖਾਖੰਡ AB ਦਾ ਇੱਕ ਹੋਰ ਮੱਧ ਬਿੰਦੂ D ਹੈ। ਉਹ ਕਹੇ ਸਿੱਧ ਕਰਨਾ ਹੈ ਵੀ ਇੱਕੋ ਹੀ ਹੁੰਦਾ। ਤੇ ਅਸੀਂ ਕਹਿੰਦੇ ਚਲੋ ਮੰਨ ਲੈਂਦੇ ਆ ਕਿ ਇੱਕ ਹੋਰ ਵੀ ਹੁੰਦਾ ਕੋਈ ਉਹਨੂੰ D ਮੰਨ ਲਿਆ। ਹੁਣ ਕਿਉਂਕਿ ਸੀ ਮੱਧ ਬਿੰਦੂ ਹੈ ਇਸ ਲਈ AC BC ਜਿਹੜਾ ਸੀ ਜੇ ਮੱਧ ਬਿੰਦੂ ਹੋਵੇ ਇਹਨੇ ਇਹੀ ਦੱਸਿਆ ਨਾ ਕਿ ਪਹਿਲੇ ਸਵਾਲ 'ਚ ਅਸੀਂ ਕੀਤਾ AC BC ਤੇ ਜਿਹੜਾ ਫਿਰ ਇਹੋ ਜਿਹਾ ਬਿੰਦੂ ਸੀ ਹੁੰਦਾ ਉਹਨੂੰ ਮੱਧ ਬਿੰਦੂ ਕਹਿੰਦੇ ਨੇ ਸੋ ਕਹਿੰਦੇ ਕਿਉਂਕਿ ਸੀ ਮੱਧ ਬਿੰਦੂ ਹੈ ਇਸ ਲਈ AC BC AC BC ਇਹਨੂੰ ਅਸੀਂ ਸਮੀਕਰਨ ਇੱਕ ਦਿੱਤਾ ਅਤੇ ਕਿਉਂਕਿ ਡੀ ਵੀ ਮੱਧ ਬਿੰਦੂ ਹੈ ਇਸ ਲਈ AD BD ਤੋ ਜੇ ਮੱਧ ਬਿੰਦੂ ਹੈ ਤੇ ਫਿਰ ਦੋਨੋਂ ਸਿਰਿਆਂ ਤੋਂ ਉਹਦੀ ਦੂਰੀ ਬਰਾਬਰ ਹੋਏਗੀ ਸੋ ਇਸ ਕਰਕੇ AD BD ਹੁਣ ਦੇਖੋ ਕੀ ਕਰਨਾ ਹੈ 1 ਨੂੰ 2 ਵਿੱਚੋਂ ਘਟਾਉਣ ਤੇ ਇਹ ਇੱਕ ਸਮੀਕਰਨ ਨੂੰ 1 ਨੂੰ ਅਸੀਂ 2 ਵਿੱਚੋਂ ਘਟਾਵਾਂਗੇ ਠੀਕ ਹੈ 1 ਨੂੰ 2 ਵਿੱਚੋਂ ਘਟਾਉਣ ਤੇ ਜੇ ਤੁਸੀਂ ਦੋ ਨੂੰ ਇੱਕ ਚੋਂ ਘਟਾਓਗੇ ਤਾਂ ਵੀ ਸਵਾਲ ਹੋ ਜਾਏਗਾ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਭਰਾਨਾ ਨਹੀਂ ਮੈਂ ਇੱਕ ਨੂੰ ਦੋ ਚੋਂ ਘਟਾਇਆ ਤੁਸੀਂ ਜੇ ਦੋ ਨੂੰ ਇੱਕ ਚੋਂ ਘਟਾ ਕੇ ਕਰੋਗੇ ਤਾਂ ਵੀ ਸਵਾਲ ਹੋ ਜਾਏਗਾ ਸੋ 1 ਨੂੰ 2 ਵਿੱਚੋਂ ਘਟਾਉਣ ਤੇ AD AC AD AC BD/BC BD/BC ਹੁਣ ਬੱਚੋ AD ਚੋਂ AC ਘਟਾਓ ਦੇਖੋ AD ਇੱਥੇ ਹੈਗਾ ਲੰਬਾ ਹੈਗਾ ਤੇ AC ਛੋਟਾ ਘਟਾਇਆ ਤੇ ਸੜੋ ਕੀ ਜਵਾਬ ਆ ਜਾਏਗਾ CD ਇੱਥੇ CD ਆ ਗਿਆ ਹੁਣ ਇੱਥੇ ਹੈਗਾ BD ਹੈ BD ਛੋਟਾ ਹੈ BD ਤੇ ਇਹ ਚੋਂ ਘਟਾਣਾ BC ਜੋ ਵੱਡਾ ਹੈ ਤੇ ਅੰਤਰ ਤੇ CD ਆਏਗਾ ਪਰ ਉਹ ਕਿਹਦੇ ਵਿੱਚ ਆਏਗਾ ਰਿਨਾਤਮਕ ਚਿੰਨ ਦੇ ਨਾਲ ਆਏਗਾ ਕਿਉਂਕਿ ਅਸੀਂ ਛੋਟੇ ਤੇ ਵੱਡਾ ਘਟਾ ਰਹੇ ਹਾਂ ਇਹ ਕੋ BD ਵਿੱਚੋਂ BC ਘਟਾਰੇ ਆਂ ਵੀਡੀਓ 'ਚੋਂ BC ਘਟਾਰੇ ਆਂ ਤੇ ਜਵਾਬ ਆ ਗਿਆ ਘਟਾ CD ਹੁਣ ਬੱਚੋ ਇੱਥੇ CD ਬਰਾਬਰ ਘਟਾ CD ਹੁਣ ਘਟਾ CD ਨੂੰ ਖੱਬੇ ਪਾਸੇ ਲੈ ਗਏ ਸੋ CD CD ਬਰਾਬਰ 0 ਹੋ ਗਿਆ ਤੇ CD ਜਮਾ CD ਕਿੰਨਾ ਹੋ ਜਾਏਗਾ ਵਿੱਚ 2 2 CD ਹੋ ਜਾਏਗਾ ਸੋ 2 CD ਦਾ ਮਤਲਬ ਕੀ ਹੋਇਆ ਬੱਚੋ CD ਬਰਾਬਰ ਕਿੰਨਾ ਹੋ ਜਾਏਗਾ 0 2 ਬਰਾਬਰ 0 0 2 0 ਦੇ ਬਰਾਬਰ ਹੁੰਦਾ ਇਹ ਦਾਣੇ ਕਿ 2 CD ਬਰਾਬਰ 0 ਇਹਦੇ CD ਵੀ ਸਿਫਰ ਹੈ ਸੀਡੀ ਦਾ ਸਿਫਰ ਮਤਲਬ ਕੀ ਹੋਇਆ ਬੱਚਿਓ ਕਿ ਸੀਡੀ ਵਿੱਚ ਕੋਈ ਦੂਰੀ ਨਹੀਂ ਹੈਗੀ ਯਾਨੀ ਡੀ ਜਿਹੜਾ ਹੈ ਸੀ ਦੇ ਉੱਤੇ ਟਿਕਿਆ ਹੋਇਆ ਹੈ ਸੀ ਉਹ ਡੀ ਇੱਕੋ ਹੀ ਬਿੰਦੂ ਨੇ ਸੋ ਭਾਵ ਸੀ ਅਤੇ ਡੀ ਸੰਪਤੀ ਹਨ ਜਾਂ ਇੱਕ ਹੀ ਬਿੰਦੂ ਹਨ ਇਹਦਾ ਮਤਲਬ ਕੀ ਹੋਇਆ ਕਿ ਜੇ ਜਿਹੜੇ ਡੀ ਨੂੰ ਤੁਸੀਂ ਦੂਜਾ ਮੱਧ ਬਿੰਦੂ ਬਣਿਆ ਸਮਝਿਆ ਸੀ ਉਹ ਅਸਲ ਵਿੱਚ ਸੀ ਹੀ ਹੈਗਾ ਹੈ ਸੋ ਇਹਦੁਰਾ ਸਿੱਧ ਹੁੰਦਾ ਹੈ ਕਿ ਕਿਸੇ ਵੀ ਰੇਖਾ ਖੰਡ ਦਾ ਇੱਕੋ ਹੀ ਮੱਧ ਬਿੰਦੂ ਹੁੰਦਾ ਹੈ ਆਓ ਇਹਨੂੰ ਹੁਣ ਇਸੇ ਸਵਾਲ ਨੂੰ ਅਸੀਂ ਦੂਜੇ ਢੰਗ ਨਾਲ ਕਰੀਏ ਦੂਜੀ ਵਿਧੀ ਆਖੋ ਦੂਜੀ ਵਿਧੀ ਇਹਦਾ ਉਸੇ ਤਰ੍ਹਾਂ ਪਹਿਲੇ ਸ਼ੁਰੂਆਤ ਉਦਾਂ ਹੀ ਕਰਨੀ ਹੈ ਮੰਨ ਲਓ ਕਿ ਰੇਖਾਖੰਡ AB ਦਾ ਇੱਕ ਰੇਖਾ ਇੱਕ ਹੋਰ ਮੱਧ ਬਿੰਦੂ D ਹੈ ਹੁਣ ਯੂਕਲਿਡ ਦੇ ਕਥਨ ਮੁਤਾਬਕ ਜੇ ਬਰਾਬਰਾਂ ਨੂੰ ਬਰਾਬਰਾਂ ਵਿੱਚ ਜੋੜੀਏ ਤਾਂ ਜੋੜ ਫਲ ਫਿਰ ਬਰਾਬਰ ਹੁੰਦੇ ਹਨ ਇਹ ਹੁਣ ਬੱਚੇ ਦੂਜੇ ਢੰਗ ਨਾਲ ਕਰਦੇ ਪਏ ਆ पहला सवाल अभी तुझे ना करते हैं मध्य एसे एम ए बराबर बीसी जमा ए सी सो एक ही हो जाएगा दो एसी बराबर बीसी जमा एसी कि हो जाएगा बीसी देखो बीसी जमा ए सी ए बी बराबर हो जाएगा सो दो ए बराबर ए बी एन लगाता समीकरण एक ठीक है ਤੇ ਮੱਧ ਬਿੰਦੂ D ਲਈ AD BD ਹੁਣ ਮੱਧ ਬਿੰਦੂ D ਹੋ ਗਿਆ ਸੋ AD BD ਹੁਣ ਦੋਨੋਂ ਪਾਸੇ AD ਜੋੜ ਕੇ ਦੋਨੋਂ ਪਾਸੇ AD ਜੋੜ ਦਾਂਗੇ ਸੋ AD ਜਮਾ AD BD ਜਮਾ AD B ਆਪਣਾ BD ਤੇ ਜਮਾ AD ਇਹ AB ਦੇ ਬਰਾਬਰ ਹੋ ਜਾਏਗਾ ਇਹ ਵੀ AB ਦੇ ਬਰਾਬਰ ਹੋ ਗਿਆ ਤੇ ਇਹ 2AD ਹੋ ਗਿਆ ਹੁਣ ਬੱਚਿਓ ਜੇ ਦੋ ਸਮੀਕਰਨਾਂ ਵਿੱਚੋਂ ਇੱਕ ਪਾਸਾ ਬਰਾਬਰ ਹੋਵੇ ਮੁਲਕੀ ਤੇ ਇਹ ਕੋ ਇਹਦਾ ਸੱਜਾ ਪਾਸਾ ਵੀ ਇਹ ਵੀ ਹੈਗਾ ਤੇ ਇਹਦਾ ਸੱਜਾ ਪਾਸਾ ਵੀ ਇਹ ਵੀ ਹੈਗਾ ਇਹਦਾ ਮਤਲਬ ਕੀ ਹੋਇਆ ਕਿ ਇਹ ਦੋਨੋਂ ਖੱਬੇ ਪਾਸੇ ਆਪਸ ਵਿੱਚ ਬਰਾਬਰ ਹੋਣਗੇ 1 ਅਤੇ 2 ਤੋਂ ਸਾਨੂੰ ਪ੍ਰਾਪਤ ਹੁੰਦਾ ਹੈ 2AC 2AD ਕਿਉਂਕਿ 2AC ਵੀ AB ਦੇ ਬਰਾਬਰ ਹੈ ਤੇ 2AD ਵੀ AB ਦੇ ਬਰਾਬਰ ਹੈ ਤੇ ਜੇ ਦੋ ਸਮੀਕਰਨਾਂ ਵਿੱਚੋਂ ਸੱਜੇ ਪਾਸੇ ਬਰਾਬਰ ਹੋਣ ਤੇ ਖੱਬੇ ਪਾਸੇ ਦੋਨਾਂ ਦੇ ਬਰਾਬਰ ਹੁੰਦੇ ਨੇ ਸੋ ਬੱਚੇ 2 ਦੇ ਨਾਲ 2 ਕੱਟ ਗਿਆ ਇਹਦਾ ਮਤਲਬ ਕੀ ਹੈ ਕਿ AC AD ਏਸੀ ਬਰਾਬਰ ਏਡੀ ਹੁਣ ਭਾਈ ਜੇ ਏਸੀ ਏਡੀ ਦੇ ਬਰਾਬਰ ਹੈ ਤੇ ਇਹਦਾ ਨੂੰ ਕੀ ਹੋਇਆ ਕਿ ਸੀ ਉਹ ਡੀ ਇੱਕੋ ਹੀ ਬਿੰਦੂ ਹਨ ਭਾਵ ਸੀ ਅਤੇ ਡੀ ਸੰਪਾਤੀ ਹਨ ਸੰਪਾਤੀ ਮੈਨੇ ਇੱਕ ਇੱਕ ਦੇ ਉੱਤੇ ਹੈਗਾ ਕਨਸਾਈਡਡ ਕਨਸੀਡੈਂਟ ਹੈ ਕਹਿੰਦੇ ਸੰਪਾਤੀ ਨੇ ਇੱਕ ਦੂਜੇ ਦੇ ਟਿਕਿਆ ਹੋਇਆ ਸੰਪਾਤੀ ਹਨ ਅਤੇ ਇੱਕ ਹੀ ਬਿੰਦੂ ਹਨ ਭਾਵ ਸੀ ਅਤੇ ਡੀ ਦੋ ਵੱਖਰੇ ਵੱਖਰੇ ਬਿੰਦੂ ਨਹੀਂ ਇੱਕੋ ਹੀ ਬਿੰਦੂ ਹਨ ਜਦੋਂ ਇਹ ਗੱਲ ਸਿੱਧ ਹੁੰਦੀ ਏ ਕਿ ਕਿਸੇ ਵੀ ਰੇਖਾਖੰਡ ਦਾ ਇੱਕ ਅਤੇ ਸਿਰਫ ਇੱਕ ਮੱਧ ਬਿੰਦੂ ਹੁੰਦਾ ਹੈ ਸੋ ਇਹ ਬੱਚੇ ਸਵਾਲ ਨੂੰ ਅਸੀਂ ਦੋ ਵਿਧੀਆਂ ਦੇ ਰਾਹੀਂ ਇਦਾਂ ਕਰ ਸਕਦੇ ਹਾਂ ਹੁਣ ਆ ਗਿਆ ਬੱਚੇ 6ਵਾਂ ਸਵਾਲ ਚਿੱਤਰ 5.10 ਐਡਾ ਚਿੱਤਰ ਹੈਗਾ ਵਿੱਚ ਜੇ AC BD ਹੈ ਜੇ AC BD ਹੈ ਤਾਂ ਸਿੱਧ ਕਰੋ ਕਿ AB CD ਹੈ ਸਿੱਧ ਕਰੋ ਕਿ AB cd ਹੈ ਬੜਾ ਵਧੀਆ ਸਵਾਲ ਹੈ ਬੱਚਿਆ ਵੀ ਇਹ ਦੇਖੋ ਦਿੱਤਾ ਹੈ ac bd ac bd ਦਿੱਤਾ ਹੈ ਯੂਕਲਿਡ ਦੇ ਕਥਨ ਮੁਤਾਬਕ ਕਿਉਂਕਿ ਯੂਕਲਿਡ ਦੀ ਜਿਓਮੈਟਰੀ ਦੀ ਜਾਣ ਪਛਾਣ ਹੈ ਨਾ ਸੋ ਅਸੀਂ ਯੂਕਲਿਡ ਦੇ ਕਥਨਾਂ ਨੂੰ ਵਰਤਾਂਗੇ ਸੋ ਯੂਕਲਿਡ ਦੇ ਕਥਨ ਮੁਤਾਬਕ ਜੇ ਬਰਾਬਰਾਂ ਨੂੰ ਬਰਾਬਰਾਂ ਵਿੱਚੋਂ ਘਟਾਈਏ ਤਾਂ ਅੰਤਰ ਬਰਾਬਰ ਹੁੰਦੇ ਹਨ ਇਸ ਤੋਂ ਪਹਿਲੇ ਅਸੀਂ ਕਿਹੜੇ ਕੀਤੇ ਸੀ ਬੱਚਿਓ ਬਰਾਬਰਾਂ ਵਿੱਚ ਜੇ ਬਰਾਬਰ ਜੋੜੀਏ ਤੇ ਜੋੜਫਲ ਬਰਾਬਰ ਹੁੰਦੇ ਹਨ ਹੁਣ ਆ ਗਿਆ ਬਰਾਬਰਾਂ ਚੋਂ ਜੇ ਬਰਾਬਰਾਂ ਨੂੰ ਘਟਾਈਏ ਤੇ ਅੰਤਰ ਬਰਾਬਰ ਹੁੰਦੇ ਹਨ ਸੋ ਦੋਨੋਂ ਪਾਸਿਆਂ ਚੋਂ BC ਘਟਾਉਣ ਤੇ ਅਸੀਂ ਹੁਣ BC ਨੂੰ ਘਟਾਵਾਂਗੇ ਜਿਹੜਾ BC ਸਾਂਝਾ ਇਹ ਘਟਾ ਦਾਂਗੇ ਸੋ AC BC BD AC BC BD BC ਹੁਣ AC ਚੋਂ BC ਘਟਾਓ AC ਚੋਂ BC ਕੱਟ ਗਿਆ ਤੇ ਕੀ ਬਚਿਆ ਬੱਚਿਓ ਸਾਡੇ ਕੋਲ AD ਬਚ ਗਿਆ ਸੋ ਇੱਥੇ ਆ ਗਿਆ ਨਹੀਂ ਸੌਰੀ AB ਵੀ ਬਚ ਗਿਆ AB AB ਬਚ ਗਿਆ ਸੋ ਇੱਥੇ AB ਆ ਗਿਆ ਤੇ ਹੁਣ BD ਚੋਂ BC ਘਟਾਇਆ BD ਵਿੱਚੋਂ BC ਘਟਾਇਆ ਤੇ ਕੀ ਬਚਿਆ ਬੱਚਿਓ ਇਹ ਇਹ ਕੱਟ ਗਿਆ ਤੇ CD ਬਚਿਆ ਸੋ ਇਹ ਬਰਾਬਰ CD ਇਸ ਤਰ੍ਹਾਂ AB CD ਇਹੀ ਅਸੀਂ ਸਿੱਧ ਕਰਨਾ ਸੀ ਸਿੱਧ ਕਰੋ ਕਿ AB CD ਸੋ ਬੱਚਿਓ ਕਿੰਨਾ ਸੌਖਾ ਹੈ ਜੋ ਦਿੱਤਾ ਹੈ ਉਹਨੂੰ ਲਿਖ ਲਿਆ ਫਿਰ ਯੂਕਲਿਡ ਦਾ ਕਥਨ ਲਿਖਿਆ ਇੱਕ ਲਾਈਨ ਦੇ ਵਿੱਚ ਤੇ ਘਟਾਤਾ ਤੇ ਦੂਜੇ ਪੜਾ ਦੇ ਵਿੱਚ ਸਾਡਾ ਜਵਾਬ ਆ ਵੀ ਗਿਆ ਤੇ ਪੂਰੇ ਵਟਾ ਪੂਰੇ ਨੰਬਰ ਸਾਡੇ ਆ ਗਏ ਹੁਣ ਆਖਰੀ ਸਵਾਲ ਦੇਖੀਏ ਬੜਾ ਸੌਖਾ ਬੱਚਿਓ ਇਹ ਤੇ ਸਵੈ ਸਿੱਧੀ ਹੈਗਾ ਸੋ ਇੱਕ ਮਿਸਾਲ ਦੇ ਕੇ ਅਸੀਂ ਇਹਨੂੰ ਲਿਖ ਦੇਣਾ ਹੈ ਯੂਕਲਿਡ ਦੇ ਕਥਨਾ ਦੀ ਸੂਚੀ ਵਿੱਚ ਦਿੱਤਾ ਗਿਆ ਕਥਨ ਪੰਜ ਪੰਜਵਾਂ ਇੱਕ ਸਰਵ ਵਿਆਪੀ ਸੱਚ ਕਿਉਂ ਮੰਨਿਆ ਜਾਂਦਾ ਹੈ ਧਿਆਨ ਦਿਓ ਕਿ ਇਹ ਪ੍ਰਸ਼ਨ ਪੰਜਵੀਂ ਮੂਲ ਧਾਰਨਾ ਨਾਲ ਸੰਬੰਧਿਤ ਨਹੀਂ ਹੈ ਉਹਨਾਂ ਨਾਲ ਦਾ ਜੋੜਦਾ ਸੋ ਬੱਚਿਓ ਇਹ ਤੇ ਬੜਾ ਸੌਖਾ ਹੈ ਕੋਈ ਸਵੈ ਸਿੱਧੀ ਹੈਗਾ ਤੇ ਇਹਨੂੰ ਅਸੀਂ ਆਪਣੇ ਸ਼ਬਦਾਂ ਚ ਦਾ ਲਿਖ ਦਿੰਨੇ ਆ ਯੂਕਲਿਡ ਦਾ ਕਥਨ ਪੰਜਵਾਂ ਕਿਹੜਾ ਪਹਿਲੇ ਤੇ ਆ ਦੇਖੋ ਕਿ ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ ਜਿਹੜਾ ਪੂਰਾ ਸਾਰਾ ਹੈਗਾ ਉਹ ਉਹਦੇ ਚੋਂ ਕੱਢੇ ਗਏ ਹਿੱਸੇ ਤੋਂ ਵੱਡਾ ਹੁੰਦਾ ਹੁਣ ਬੱਚੇ ਆ ਗੱਲ ਤੇ ਬੜੀ ਸਪਸ਼ਟ ਹੈਗੀ ਹੈ ਮੜੀ ਤੁਸੀਂ ਸੋਚੋਗੇ ਇਹ ਤੇ ਗੱਲ ਮਿਲਕੀ ਸਵੈ ਸਿੱਧੀ ਹੋ ਗਈ ਨਾ ਸੂਰਜ ਦੇ ਚਾਨਣੇ ਵਾਂਗੂ ਸਾਫ਼ ਹੈਗੀ ਹੈ ਇਹਦੇ ਵਿੱਚ ਦੱਸਣ ਦੀ ਕੀ ਲੋੜ ਹੈ ਪਰ ਚਲੋ ਅਸੀਂ ਦੱਸਣਾ ਤੇ ਆ ਸੋ ਇਹਦਾ ਮਤਲਬ ਕੀ ਇਹਦੀ ਵਿਆਖਿਆ ਕਰ ਦਿੰਦੇ ਆ ਕਿ ਇਹ ਕਥਨ ਸਰਵ ਵਿਆਪੀ ਸੱਚ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਹ ਹਰ ਥਾਂ ਤੇ ਅਮਰੀਕਾ ਚਲ ਜਾਓ ਕੈਨੇਡਾ ਚਲ ਜਾਓ ਪਾਕਿਸਤਾਨ ਚਲ ਜਾਓ ਮੰਗਲ ਗ੍ਰਹ ਤੇ ਚਲ ਜਾਓ ਚੰਦਰਮਾ ਤੇ ਚਲ ਜਾਓ ਬ੍ਰਹਿਮੰਡ ਦੇ ਕਿਸੇ ਵੀ ਕੋਨੇ ਤੇ ਚਲ ਜਾਓ ਹਰ ਥਾਂ ਤੇ ਹਰ ਸਮੇਂ ਚਾਹੇ ਸਤਜੁਗ ਵਿੱਚ ਚਲ ਜਾਓ ਤ੍ਰਿਤੇ ਵਿੱਚ ਚਲ ਜਾਓ ਦੁਆਪਰ ਚਲ ਜਾਓ ਕਲਯੁਗ ਵਿੱਚ ਚਾ ਜਾਓ ਆਉਣ ਵਾਲੇ ਕਦੇ ਸਮੇਂ ਚ ਆ ਰਹੇ ਹਨਾ ਅਤੇ ਹਰ ਖੇਤਰ ਵਿੱਚ ਗਣਿਤ ਦੇ ਖੇਤਰ ਵਿੱਚ ਜੀਵ ਵਿਗਿਆਨ ਦੇ ਖੇਤਰ ਵਿੱਚ ਪੌਦੇ ਗਿਆਨ ਦੇ ਖੇਤਰ ਵਿੱਚ ਰਸਾਇਣ ਵਿਗਿਆਨ ਵਿਗਿਆਨ ਦੇ ਖੇਤਰ ਵਿੱਚ ਸਮਾਜਿਕ ਖੇਤਰ ਵਿੱਚ ਰਾਜਨੀਤਿਕ ਖੇਤਰ ਵਿੱਚ ਪਰਿਵਾਰ ਵਿੱਚ ਮਿਲ ਕਿਤੇ ਵੀ ਕਿਸੇ ਵੀ ਖੇਤਰ ਵਿੱਚ ਸੱਚ ਹੁਣ ਇਹਦੀ ਇੱਕ ਮਿਸਾਲ ਲੈ ਲੈਂਦੇ ਆ ਮਿਸਾਲ ਦੇ ਤੌਰ ਤੇ ਇੱਕ ਆਪਣੇ ਕਿਸੇ ਵੀ ਭਾਗ 1/10 ਉਹ ਦਾ ਦਸਵਾਂ ਹਿੱਸਾ ਕਰ ਦੋ ਜਾਂ 1/5 ਉਹ ਦਾ ਕੋਈ ਪੰਜਵਾਂ ਹਿੱਸਾ ਕਰ ਦੋ 1/2 ਉਹ ਦਾ ਕੋਈ ਅੱਧਾ ਕਰ ਦੋ ਅਸੀਂ ਜਾਣਦੇ ਆ ਅੱਧੀ ਰੋਟੀ ਸਾਰੀ ਰੋਟੀ ਤੋਂ ਛੋਟੀ ਹੁੰਦੀ ਹੈ ਸਾਰੀ ਰੋਟੀ ਅੱਧੀ ਰੋਟੀ ਤੋਂ ਵੱਡੀ ਹੁੰਦੀ ਹੈ ਸੋ ਇਹ 0.1 1/10 0.1 1 ਤੋਂ ਵੱਡਾ ਹੈ 1 ਤੋਂ ਛੋਟਾ ਹੈ ਇਸੇ ਤਰ੍ਹਾਂ 1/5 ਜੋ ਕਿ 0.2 ਹੋ ਗਿਆ ਉਹ ਵੀ ਇੱਕ ਤੋਂ ਛੋਟਾ ਹੈ 1/2 0.5 ਹੋ ਗਿਆ ਉਹ ਵੀ ਇੱਕ ਤੋਂ ਛੋਟਾ ਹੈ ਸੋ ਬੱਚਿਓ ਇਦਾਂ ਦੇ ਕਿੰਨੀਆਂ ਮਿਸਾਲਾਂ ਲੈ ਸਕਦੇ ਆ ਜਿੱਦਾਂ ਅਸੀਂ ਕਹੀਏ ਕਿ ਪਾਇਆ ਦੁੱਧ ਜਿਹੜਾ ਹੈ ਉਹ 1 ਲੀਟਰ ਚੋਂ ਅਸੀਂ ਕੱਢਿਆ ਸੋ 1 ਲੀਟਰ ਪਾਇਆ ਤੋਂ ਜ਼ਿਆਦਾ ਹੈਗਾ ਹਨਾ ਸੋ ਇਹ ਇਦਾਂ ਦੇ ਕਿੰਨੀਆਂ ਹੀ ਚੀਜ਼ਾਂ ਅਸੀਂ ਮਿਸਾਲਾਂ ਲੈ ਸਕਦੇ ਆ ਸੋ ਮਿਸਾਲ ਦੇ ਤੌਰ ਤੇ ਇੱਕ ਆਪਣੇ ਕਿਸੇ ਵੀ ਭਾਗ 1/10 ਜਾਂ 1/5 1/2 ਇਦਾਂ ਤੁਸੀਂ ਸੌਖਾ ਜਿਹਾ ਲੈ ਲਓ ਤੋਂ ਵੱਡਾ ਹੈ ਅਤੇ ਇਹ ਗੱਲ ਹਰ ਥਾਂ ਹਰ ਵੇਲੇ ਅਤੇ ਵਿਗਿਆਨ ਦੇ ਹਰ ਖੇਤਰ ਵਿੱਚ ਸੱਚ ਹੈ ਸੋ ਜਿਹੜੀ ਗੱਲ ਬੱਚਿਓ ਹਰ ਥਾਂ ਤੇ ਲਾਗੂ ਹੋਵੇ ਹਰ ਸਮੇਂ ਲਾਗੂ ਹੋਵੇ ਅਸੀਂ ਉਹਨੂੰ ਫਿਰ ਸਰਵ ਵਿਆਪੀ ਸੱਚ ਕਹਿ ਦਿੰਦੇ ਹਾਂ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਇਹਦਾ ਅਭਿਆਸ ਨੰਬਰ 5.1 ਇੱਥੇ ਸਮਾਪਤ ਹੁੰਦਾ ਹੈ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ